ਦੋਸਤੋ ਇਹ ਜੋ ਤੁਹਾਡੇ ਸਾਹਮਣੇ ਇਹ SSC ਵੱਲੋਂ ਆਇਆ ਜੋਬ ਰਿਕਰੂਟਮੈਂਟ ਦਾ ਆਫੀਸ਼ੀਅਲ ਨੋਟੀਫਿਕੇਸ਼ਨ ਹੈ ਅਤੇ ਤੁਹਾਨੂੰ ਮੈਂ ਮੋਟੀ ਮੋਟੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦੇ ਦੇਣਾ ਬਾਕੀ ਤੁਸੀਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜਾ ਕੇ ਇਹ ਆਫੀਸ਼ੀਅਲ ਨੋਟੀਫਿਕੇਸ਼ਨ ਦਾ ਲਿੰਕ ਉੱਥੋਂ ਡਾਊਨਲੋਡ ਕਰਕੇ PDF ਫਾਈਲ ਨੂੰ ਚੈੱਕ ਕਰ ਸਕਦੇ ਹੋ ਅਤੇ ਆਪਣੀ ਐਲੀਜੀਬਿਲਟੀ ਦੇ ਅਕੋਰਡਿੰਗ ਪੋਸਟ ਨੂੰ ਭਰ ਸਕਦੇ ਹੋ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਸਟਾਫ ਸਿਲੈਕਸ਼ਨ ਕਮਿਸ਼ਨ ਦੀ। ਇਹ ਜੋਬ ਰਿਕਰੂਟਮੈਂਟ ਨੇ ਅਤੇ ਇਸ ਵਿੱਚ ਸਟੈਨੋਗ੍ਰਾਫਰ C ਅਤੇ ਸਟੈਨੋਗ੍ਰਾਫਰ D ਦੀ ਗ੍ਰੇਡ ਦੀਆਂ ਪੋਸਟਾਂ ਨੇ। ਉਸ ਤੋਂ ਪਹਿਲਾਂ ਇੱਕ ਜਾਣਕਾਰੀ ਤੁਹਾਨੂੰ ਦੇਣਾ ਚਾਹੁੰਦਾ ਦੋਸਤੋ, ਜੇ ਤੁਸੀਂ ਕਿਸੇ ਵੀ ਇਗਜ਼ਾਮ ਰਿਲੇਟਡ ਸਟੱਡੀ ਮਟੀਰੀਅਲ ਚਾਹੁੰਦੇ ਹੋ ਤਾਂ ਵੀਡੀਓ ਵਿੱਚ ਆਪਣਾ ਵਟਸਐਪ ਨੰਬਰ ਕਮੈਂਟ ਕਰ ਦਿਉ, ਮੈਂ ਸਾਰਾ ਸਿਲੇਬਸ ਟੋਪਿਕ ਵਾਈਜ਼ ਅਤੇ ਇੰਪੋਰਟੈਂਟ ਕੁਐਸਚਨ ਜਿਹੜੇ ਵੀ ਆਉਂਦੇ ਨੇ ਇਗਜ਼ਾਮ ਵਿੱਚ ਤਾਂ ਉਸਦੀ ਸਾਰੀ ਤੁਹਾਨੂੰ PDF ਫਾਈਲ ਮੈਂ ਪ੍ਰੋਵਾਈਡ ਕਰਵਾ ਦਿਆਂਗਾ। ਦੋਸਤੋ ਇਹ ਸਿਰਫ ਉਹਨਾਂ ਕੈਂਡੀਡੇਟ ਵਾਸਤੇ ਜੋ ਮੇਰੇ ਸਬਸਕ੍ਰਾਈਬਰ ਹੈ ਅਤੇ ਤੁਸੀਂ ਸਿਰਫ 100 ਰੁਪਿਆਂ ਵਿੱਚ ਜਿਹੜਾ ਇਹ ਬਾਏ ਕਰ ਸਕਦੇ ਹੋ ਪੂਰਾ ਪ੍ਰੈਕਟਿਕ ਸੈੱਟ। ਅਤੇ ਹੁਣ ਆਪਾਂ ਗੱਲ ਕਰ ਲੈਂਦੇ ਹਾਂ SSC ਰਿਕਰੂਟਮੈਂਟ ਦੀ। ਦੋਸਤੋ ਸਟੈਨੋਗ੍ਰਾਫਰ C and D ਗ੍ਰੇਡ ਦੀਆਂ ਪੋਸਟਾਂ ਨੇ, ਕਾਫੀ ਚੰਗੀ ਪੋਸਟਾਂ ਹੁੰਦੀਆਂ, ਕਾਫੀ ਸੈਲਰੀ 35,000 ਰਿਲੇਟਡ ਇਸਦੀ ਸੈਲਰੀ ਹੁੰਦੀ ਹੈ ਦੋਸਤੋ। ਅਤੇ 12ਵੀਂ ਪਾਸ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦਾ ਅਤੇ 18 to 30 ਸਾਲ ਦਾ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦਾ। SC ST ਲਈ 5 ਸਾਲਾਂ ਦੀ ਛੋਟ ਹੈ ਇਸ ਵਿੱਚ। ਅਤੇ ਜਰਨਲ ਅਤੇ OBC ਵਾਸਤੇ ਇਸਦੀ ਅਪਲਾਈ ਕਰਨ ਦੀ ਫੀਸ ਜਿਹੜੀ 100 ਰੁਪਏ, SC ST ਵਾਸਤੇ ਇਸਦੀ ਕੋਈ ਫੀਸ ਨਹੀਂ ਹੈ। ਅਤੇ ਲਾਸਟ ਡੇਟ ਦੀ ਗੱਲ ਕਰੀਏ ਦੋਸਤੋ, 4 ਨਵੰਬਰ 2020 ਤੱਕ ਤੁਸੀਂ ਇਹ ਅਪਲਾਈ ਕਰ ਸਕਦੇ ਹੋ। ਦੋਸਤੋ ਜੇ ਹੋਰ ਕੋਈ ਸਵਾਲ ਹੈ ਇਸ ਰਿਲੇਟਡ ਮਨ ਵਿੱਚ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ, ਅਤੇ ਇਸਦਾ ਲਿੰਕ ਹੈ ਜਿਹੜਾ ਉਹ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂ, ਜਿੱਥੇ ਤੁਸੀਂ ਕਲਿੱਕ ਕਰਕੇ ਪੂਰਾ ਇਹਨਾਂ ਦਾ ਆਫੀਸ਼ੀਅਲ ਨੋਟੀਫਿਕੇਸ਼ਨ ਪੜ੍ਹ ਸਕਦੇ ਹੋ। ਓਕੇ ਦੋਸਤੋ।